ਹਾਂਜੀ, ਮੈਂ ਦਿਲਦਾਰ ਮਸੀਹ, ਮੇਰਾ ਨਾਂ ਹੈ ਬਲਦੇਵ ਸਰਦਾਰ ਮਸੀਹ, ਅਤੇ ਮੇਰੇ ਬੇਟੇ ਨੂੰ ਨਾ ਖੁਰਮ ਨੇ, ਮੈਂ ਤੇ ਰਕਸ਼ਾ ਉੱਤੇ ਖਲੋਤਾ ਸੀ, ਉਹਨਾਂ ਨੇ ਮੈਨੂੰ ਅੱਗੋਂ ਅਚਾਨਕ ਹੀ ਮਿਲੇ ਨੇ। ਉਹਨੇ ਕਿਹਾ ਯਾਰ ਮੇਰਾ ਬੜਾ ਰੌਲਾ ਪਿਆ, ਅਤੇ ਪਤਾ ਲੱਗਾ ਕਿ ਉੱਥੇ ਕੀ ਹੋਇਆ, ਕਿ ਪਤਾ ਨਹੀਂ ਫਾਇਰ ਵਿੱਚ ਕੀ ਹੋਇਆ, ਗਏ ਦੇਖੋ ਅਤੇ ਉਹਦੇ ਕੋਲ ਫਲੈਟਾਂ 'ਚ ਗਏ ਹਾਂ, ਅੱਗੋਂ ਦੇਖਿਆ ਤਾਂ ਮੇਰੇ ਬੇਟਾ ਨਾ ਉਹ ਪਿਆ ਅੰਦਰ ਕਮਰੇ 'ਚ, ਉਹਨੂੰ ਦੇਖਿਆ ਤਾਂ ਉਹਨੂੰ ਗੋਲੀਆਂ ਵੱਜੀਆਂ ਦੇ, ਇਹ ਪਤਾ ਲੱਗਾ ਕਿ ਮਾਮੇ ਦਾ ਬੇਟਾ ਮਾਰ ਗਿਆ। ਅਤੇ ਕੋਈ ਸਾਡੀ ਉਹਨਾਂ ਨੇ ਦੁਸ਼ਮਣੀ ਸੀ, ਲੇਕਿਨ ਇੰਨਾ ਅਸੀਂ ਖਾਰਬਾਜ਼ੀ ਖਾਂਦਾ ਸੀ। ਵਜੂਹਾਤ ਮੈਂ ਇਹ ਵਜ੍ਹਾ ਸਾਹਮਣੇ ਆਈ ਕਿ ਨੋਮਾਨ ਔਰ ਖੁਰਮ, ਯਾਨੀ ਕਾਤਿਲ ਔਰ ਮਕਤੂਲ, ਦੋਨੋਂ ਇੱਕ ਹੀ ਲੜਕੀ ਕੋ ਚਾਹਤੇ ਥੇ, ਉਹ ਰਿਸ਼ਤੇ ਬਾਰੇ ਖਾਂਦਾ ਸੀ ਖਾਰ, ਉਹ ਨਾ ਮੰਗਦੇ ਸੀ ਰਿਸ਼ਤਾ ਕੁੜੀ ਦਾ, ਇਹ ਆਪਣੀ ਦੂਜੀ ਭੈਣ ਕੋਲੋਂ। ਉਹਨੇ ਅੱਗੋਂ ਇਹ ਗੱਲ ਕਹੀ ਕਿ ਅਸੀਂ ਰਿਸ਼ਤਾ ਤੈਨੂੰ ਨਹੀਂ ਦੇਣਾ, ਤੁਸੀਂ ਆਪਣੀ ਖਾਲਾ ਨੂੰ ਦੇ ਦਾਂਗੇ। ਅਤੇ ਉਹ ਸਾਡੇ ਮੁੰਡੇ ਨੇ ਜਦੋਂ ਬੁਲਾਇਆ, ਉਹਨੇ ਪੁੱਛਿਆ ਉਹਨੂੰ ਕਿ ਵੀ ਤੂੰ ਇਹ ਕਿਉਂ ਕਰਨ ਡਿਆ, ਤੂੰ ਮੈਨੂੰ ਬੁਲਾ ਕੇ ਤਾਂ ਇਸ ਤਰ੍ਹਾਂ ਫੈਰ ਮੇਰੇ ਰੱਖਿਆ ਹੀ। ਅਤੇ ਮੇਰੇ ਤਾਂ ਦਿਲ 'ਚ ਨਾ ਮੇਰਾ ਮਾਂ ਪਿਓ ਨਹੀਂ ਰਾਜੀ, ਮੇਰਾ ਪਿਓ ਨਹੀਂ ਰਾਜੀ, ਮਾਂ ਨਹੀਂ ਰਾਜੀ, ਅਤੇ ਤੂੰ ਇਹ ਕਿਉਂ ਮੇਰੇ 'ਤੇ ਇੰਝ ਕਰਨ ਡਿਆ। ਉਹਨੇ ਕਿਹਾ ਤੈਨੂੰ ਇਹ ਸੁਣਿਆ ਕਿ ਤੂੰ ਬੜਾ ਇੰਝ ਕਰਨਾ, ਇਹ ਕਰਨਾ, ਵੋ ਕਰਨਾ, ਤੂੰ ਉਹਨੇ ਫੈਰ ਮਾਰਤਾ ਇਹਨੂੰ। ਉਹਨੇ ਅਗਲੀ ਗੱਲ ਨਹੀਂ ਪੁੱਛੀ। ਉਹ 8-7 ਦਿਨਾਂ ਤੋਂ ਪਹਿਲੇ ਉਹਨੂੰ ਮਾਂ ਪਿਓ ਨੂੰ ਕਿਹਾ ਗਿਆ ਕਿ ਮੈਂ ਨੁਮਾਨ ਨੂੰ ਮਾਰ ਦੇਣਾ ਜੀ। ਹੁਣ ਇਹ ਨਹੀਂ ਪਤਾ ਉਹ ਮੋਜ਼ਰ ਕਿੱਥੋਂ ਲਿਆ ਸੀ, ਇਹ ਨਹੀਂ ਪਤਾ ਉਹ ਕਮਰਾ ਕਹਿੰਦਾ ਸੀ, ਇਹ ਚੀਜ਼ ਦਾ ਨਹੀਂ ਪਤਾ। ਇੰਨਾ ਮੈਨੂੰ ਪਤਾ ਕਿ ਉੱਥੇ ਮੁਕਬਰੀ ਕਰਦਾ, ਹਰ ਬੰਦੇ ਨੂੰ ਲੈ ਕੇ ਫੜਾ ਫੜੂ ਦਿੰਦਾ ਸੀ, ਇਹ ਥਾਣੇ 'ਚ ਇਸੇ 'ਚ ਲਿਆਕਤਾਬਾਦ। ਇਹ ਨਹੀਂ ਪਤਾ ਸਰ, ਜੇ ਪਤਾ ਹੋਵੇ ਤਾਂ ਅਸੀਂ ਆਪ ਸਾਨੂੰ ਕਹਿ ਦਈਏ ਕਿਆ ਹੋਇਆ ਬੰਦੇ ਕੋਲ ਕਰਦਾ ਜੇ। ਅਤੇ ਇੰਨਾ ਪਤਾ ਥਾਣੇ ਕਹਿੰਦੇ ਸੀ ਕਿ ਸਰਕਾਰੀ ਬੰਦਾ ਬਣਿਆ ਹੈ। ਮਾਂ ਪਿਓ ਦਾ ਇਹ ਕਹਿੰਦਾ ਸੀ ਥਾਣੇ ਲੱਗਾ ਸਾਹਿਬ ਦੇ ਨਾਲ, ਇਹ ਨਹੀਂ ਪਤਾ ਹੁਣ ਸਾਹਿਬ ਨੂੰ ਉਹ ਕਿਹਨੇ ਨੇ ਲਵਾਇਆ। ਮਾਂ ਪਿਓ ਨੂੰ ਸ਼ਨਾਖਤੀ ਕਾਰਡ ਕੋਲ ਹੋਵੇ ਤਾਂ ਫਿਰ ਹੀ ਬੰਦਾ ਲੱਗਦਾ ਨੌਕਰੀ, ਲੇਕਿਨ ਹੁਣ ਇਹ ਵੀ ਨਹੀਂ ਪਤਾ ਸਾਨੂੰ, ਉਹਦੇ ਮਾਂ ਪਿਓ ਨੇ ਲਵਾਇਆ ਇਹ ਸਾਨੂੰ ਨਹੀਂ ਪਤਾ। ਲੇਕਿਨ ਮਾਂ ਪਿਓ ਨੂੰ ਕਹਿ ਕੇ ਗਿਆ ਕਿ ਮੈਂ ਨੁਮਾਨ ਨੂੰ ਮਾਰ ਦੇਣਾ ਜੀ। ਪਹਿਲਾਂ ਕਾਲ ਕੀਤੀ ਸੂ ਕਿ ਮੇਰੇ ਕੋਲ ਆਦਰਾ ਕਾਕ ਬਹਿ ਕੇ ਰੋਟੀ ਪਾਣੀ ਖਾਈਏ ਆਪਾਂ। ਇਹ ਗਿਆ ਪਹਿਲਾਂ ਰਿਕਸ਼ਾ, ਮੇਰਾ ਮੁੰਡਾ ਸਟਾਰਟ ਕਰਦਾ, ਉਹਨੇ ਰਿਕਸ਼ਾ ਨਹੀਂ, ਮੋਟਰਸਾਈਕਲ 'ਤੇ ਗਿਆ, ਮੋਟਰਸਾਈਕਲ 'ਤੇ ਫਿਰ ਜਾ ਕੇ ਮੁੰਡਾ ਯਾਰ ਲਿਆ ਸੂ ਅਤੇ ਉਹਨੂੰ ਲੈ ਕੇ ਚਲਾ ਗਿਆ। ਇਹ ਥਾਣੇ ਉਸੇ ਕਮਰਾ ਉਹਨਾਂ ਨੂੰ ਮਿਲਿਆ ਅਤੇ ਉੱਥੇ ਇਹਨੇ ਕੰਮ ਕੀਤਾ। ਪਾਣੀ ਪਿਆ ਸੂ, ਪਾਣੀ ਪਿਆ ਕੇ ਪਹਿਲਾਂ ਗੱਲ ਸੁਣੀ, ਉਹਨੇ ਕਿਹਾ ਜਦੋਂ ਮੇਰਾ ਮਾਂ ਪਿਓ ਨਹੀਂ ਰਾਜੀ ਜਾਂ ਮੈਂ ਨਹੀਂ ਰਾਜੀ, ਤੂੰ ਉਹ ਮੈਂ ਆਪਣੇ ਦਿਲੋਂ ਕਹਿੰਦਾ ਕਿ ਮੈਨੂੰ ਚਾਹੁੰਦਾ ਹੀ ਨਹੀਂ ਨਾ ਫੋਨ ਕਰਨਾ, ਅਤੇ ਮੇਰੇ ਜਿੱਥੇ ਮਰਜ਼ੀ ਕਰੇ ਨਾ, ਸਾਨੂੰ ਨਹੀਂ ਇਹ ਚੀਜ਼ ਦੀ ਦਬਾਅ। ਅਤੇ ਉਹਨੇ ਇੰਨੀ ਗੱਲ ਕੀਤੀ, ਉਹਨੂੰ ਫੈਰ ਮਾਰਦੇ ਸੀ। ਡੈਡ ਬੋਡੀ ਤੀਕਰ ਵੀ ਅਸੀਂ ਗਏ ਹਾਂ ਅਤੇ ਬੜੇ ਪਰੇਸ਼ਾਨੀ ਹੋ ਕੇ ਮਿੰਨਤਾਂ ਤਰਲਿਆਂ ਨਾਲ ਕਰਕੇ ਤਾਂ ਉਹ ਵੀ ਸਾਨੂੰ ਮਿਲੀ। ਹੁਣ ਇਹ ਵੀ ਨਹੀਂ ਪਤਾ, ਪਹਿਲਾਂ ਕਹਿੰਦੇ ਦੋਵੇਂ ਫੜੀਚੇ ਨੇ, ਵੀ ਹੁਣ ਸਾਨੂੰ ਇਹ ਵੀ ਨਹੀਂ ਪਤਾ ਕਿ ਫੜੀਚੇ ਨੇ ਕਿ ਜਾਂ ਕਿੱਥੇ ਨੇ। ਨੁਮਾਨ ਕੀ ਵਾਲਦਾ ਕਾ ਕਹਿਣਾ ਥਾ ਕਿ ਉਹ ਨੁਮਾਨ ਕੋ ਬਾਰ ਬਾਰ ਫੋਨ ਕਰਤੀ ਰਹੀ, ਉਸਕੀ ਮਮਤਾ ਪਰੇਸ਼ਾਨ ਰਹੀ ਕਿ ਨਾ ਜਾਣੇ ਨੁਮਾਨ ਕਿਸ ਹਾਲ ਮੇ ਹੈ, ਉਸੇ ਬਾਰ ਬਾਰ ਫੋਨ ਵੀ ਕੀਆ, ਲੇਕਿਨ ਨੁਮਾਨ ਸੇ ਕੋਈ ਰਾਬਤਾ ਨਾ ਹੋ ਸਕਾ। ਮੈਂ ਨੁਮਾਨ ਦੀ ਵਾਲਦਾ ਹਾਂ, ਮੈਨੂੰ ਨਹੀਂ ਪਤਾ ਮੇਰੇ ਬੇਟੇ ਨੂੰ ਨਾ ਫੋਨ ਕਰਕੇ ਮੇਰੇ ਭਤੀਜੇ ਨੇ ਬੁਲਾਇਆ, ਉਹਦਾ ਕੀ ਸੋਚ ਸੀ, ਕੀ ਇਰਾਦਾ ਸੀ, ਮੈਨੂੰ ਨਹੀਂ ਇਸ ਚੀਜ਼ ਦਾ ਪਤਾ। ਮੈਂ ਘਰ ਆਪਣੇ ਬੇਟੇ ਨੂੰ ਫੋਨ ਕਰ ਰਹੀ ਹਾਂ, ਫੋਨ ਮੇਰਾ ਬੇਟਾ ਨਹੀਂ ਚੁੱਕ ਰਿਹਾ, ਪਤਾ ਨਹੀਂ ਉਹਨੇ ਬੁਲਾਇਆ ਕਿ ਉਹਦੇ ਦਿਲ 'ਚ ਕੀ ਸੀ ਕੀ ਨਹੀਂ, ਲੇਕਿਨ ਘਰ ਅਸੀਂ ਬੈਠੇ ਫੋਨ ਕਰ ਰਹੇ ਹਾਂ, ਸਾਡਾ ਫੋਨ ਨਹੀਂ ਚੁੱਕ ਰਿਹਾ, ਸਾਨੂੰ ਬੜੀ ਟੈਨਸ਼ਨ ਹੋ ਰਹੀ ਹੈ, ਮਤਲਬ ਬੜੀ ਦੁਆ ਕਰ ਰਹੀ ਹਾਂ ਲੇਕਿਨ ਮੇਰੀ ਕੋਈ ਮੈਨੂੰ ਬਾਹਰੋਂ ਖਬਰ ਨਹੀਂ ਮਿਲ ਰਹੀ। ਥੋੜ੍ਹੀ ਦੇਰ ਬਾਅਦ ਬੱਚੇ ਆਏ ਨੇ, ਉਹਨਾਂ ਪੁੱਛਿਆ ਕਿ ਨੁਮਾਨ ਆਂਟੀ ਜੀ ਕਿੱਥੇ ਹੈ। ਮੈਂ ਨੁਮਾਨ ਨੂੰ ਕਹਿ ਰਹੀ ਹਾਂ ਉਹਨਾਂ ਨੂੰ ਕਿ ਨੁਮਾਨ ਦਾ ਮੈਨੂੰ ਵੀ ਨਹੀਂ ਪਤਾ, ਨਾ ਨੁਮਾਨ ਫੋਨ ਚੁੱਕ ਰਿਹਾ। ਅਤੇ ਉਹਨਾਂ ਨੇ ਬੱਚਿਆਂ ਨੇ ਪੁੱਛਿਆ ਵੱਡਾ ਭਾਈ ਸਟੀਫਨ ਕਿੱਥੇ ਵੇ, ਮੈਂ ਕਿਹਾ ਸਟੀਫਨ ਵੀ ਨਹੀਂ ਘਰ ਹੈਗਾ। ਉਹ ਫਿਰ ਇਹਨਾਂ ਦੇ ਅੱਬੂ ਨੂੰ ਫੋਨ ਕਰਕੇ ਕਿਹਾ ਕਿ ਸਟੀਫਨ ਭਾਈ ਫੋਨ ਅਸਲ ਨੁਮਾਨ ਸਾਡਾ ਫੋਨ ਨਹੀਂ ਚੁੱਕ ਰਿਹਾ, ਅਤੇ ਤੁਸੀਂ ਪਤਾ ਕਰੋ ਕਿਉਂ ਨਹੀਂ ਚੁੱਕ ਰਿਹਾ, ਕੀ ਮਸਲਾ ਹੈ। ਥੋੜ੍ਹੀ ਦੇਰ ਬਾਅਦ ਪਤਾ ਚੱਲਿਆ
ਕੇ ਜੀ ਫਾਇਰਿੰਗ ਹੋਈ ਹੈ। ਇਹ ਕਹਿ ਰਹੇ ਨੇ ਕਿ ਜੀ ਦੋ ਬੱਚਿਆਂ ਨੂੰ ਗੋਲੀਆਂ ਲੱਗੀਆਂ ਨੇ, ਇੱਕ ਜਾਨ ਤੋਂ ਹੀ ਮਰ ਗਿਆ ਅਤੇ ਇੱਕ ਬਚ ਗਿਆ ਅਤੇ ਉਹ ਹੋਸਪਿਟਲ ਹੈ, ਅਤੇ ਸਾਨੂੰ ਨਹੀਂ ਪਹਿਲੇ ਪਤਾ ਚੱਲਿਆ ਕਿ ਨੁਮਾਨ ਦੀ ਡੈਥ ਹੋ ਗਈ ਸੀ। ਫਿਰ ਉਹਦੇ ਵੱਡੇ ਭਾਈ ਅੱਬੂ ਗਏ ਨੇ, ਸਾਰੇ ਗਏ ਨੇ, ਫਿਰ ਸਾਨੂੰ ਪਤਾ ਚੱਲਿਆ ਕਿ ਨੁਮਾਨ ਦੀ ਡੈਥ ਹੋ ਗਈ ਹੈ। ਅਤੇ ਉਸ ਤੋਂ ਬਾਅਦ ਡੈਥ ਤੋਂ ਬਾਅਦ ਪਤਾ ਚੱਲਿਆ ਕਿ ਜੀ ਮੇਰੇ ਭਤੀਜੇ ਨੇ ਉਹਨੂੰ ਮਾਰ ਕੇ ਘਰ ਚਲਾ ਗਿਆ। ਘਰ ਜਾ ਕੇ ਕਹਿੰਦਾ ਮਾਰ ਆਇਆ ਮੈਂ ਉਹਨੂੰ, ਮੇਰੇ ਪਤਾ ਨਹੀਂ ਭਾਬੀ ਨੇ ਭਾਈ ਨੇ ਜੋ ਵੀ ਘਰ ਨੇ ਉਹਨਾਂ ਨੇ ਕਹਿੰਦਾ ਮੈਂ ਨੁਮਾਨ ਨੂੰ ਮਾਰ ਆਇਆ ਵਾਂ, ਕਜ਼ਨ ਨੂੰ ਮਾਰ ਆਇਆ ਵਾਂ ਮੈਂ ਮਾਰਿਆ। ਅਤੇ ਆਪਣੀ ਲਾ ਉੱਪਰ ਛੱਤ 'ਤੇ ਜਾ ਕੇ ਆਪਣੀ ਲੱਤ 'ਚ ਆਪਾਂ ਹੀ ਫਾਇਰ ਮਾਰ ਕੇ ਕਹਿੰਦਾ ਕਿ ਮੈਨੂੰ ਕਿਸੇ ਨੇ ਹਰੇ ਕਜ਼ਨ ਨੇ ਮਾਰਿਆ ਕਿ ਕਿਸ ਤਰ੍ਹਾਂ ਕੁਛ ਕਿਹਾ ਉਹਨੇ। ਫਿਰ ਪਤਾ ਨਹੀਂ ਹੋਸਪਿਟਲ ਕਿਸ ਤਰ੍ਹਾਂ ਹੋ ਗਿਆ, ਮੈਨੂੰ ਇਸ ਚੀਜ਼ ਦਾ ਨਹੀਂ ਪਤਾ। ਅਤੇ ਲੇਕਿਨ ਜਿਹੜੇ ਅਸੀਂ ਬੱਚੇ ਦਾ ਦੂਸਰੇ ਨੂੰ ਗੋਲੀ ਲੱਗੀ ਸੀ ਉਹਦਾ ਰਾਤੀ ਅਸੀਂ ਪਤਾ ਕਰਕੇ ਆਏ ਹਾਂ, ਉਹਨੇ ਦੱਸਿਆ ਕਿ ਪਹਿਲੇ ਉਹਨਾਂ ਨੇ ਨੁਮਾਨ ਨੂੰ ਜਾਨੋ ਹੀ ਮਾਰ ਦਿੱਤਾ, ਅਤੇ ਬਾਅਦ 'ਚ ਉਹਨਾਂ ਨੇ ਮੇਰੇ ਵੱਲੇ ਆਇਆ ਅਤੇ ਮੈਂ ਅੱਗੋਂ ਮਤਲਬ ਅੱਗੇ ਕੁਰਸੀ ਕੀਤੀ ਹੈ ਅਤੇ ਥੋੜ੍ਹੀ ਮੇਰੀ ਬੱਚਤ ਹੋ ਗਈ, ਗੋਲੀ ਕੁਰਸੀ 'ਚੋਂ ਲੰਘ ਕੇ ਮੇਰੇ ਲੱਗੀ ਹੈ। ਅਤੇ ਨੁਮਾਨ ਦਾ ਜਦੋਂ ਉਹਨੂੰ ਪਤਾ ਚੱਲਿਆ ਕਿ ਨੁਮਾਨ ਉਹਨੇ ਫਾਇਰ ਕੀਤਾ ਅਤੇ ਨੁਮਾਨ ਦੀ ਕੋਈ ਚੀਜ਼ ਫਟੀ ਹੈ, ਉਹਦੀ ਬੜੀ ਆਵਾਜ਼ ਆਈ ਹੈ, ਲੇਕਿਨ ਮੈਨੂੰ ਉਸ ਵਕਤ ਸਮਝ ਨਹੀਂ ਆਈ, ਮੈਂ ਉਹਨੂੰ ਨਹੀਂ ਦੇਖਣ ਗਿਆ, ਬਾਅਦ 'ਚ ਉਹਨੇ ਮੈਨੂੰ ਫਾਇਰ ਮਾਰ ਦਿੱਤਾ। ਅਤੇ ਆਂਟੀ ਜੀ ਮੈਂ ਨੁਮਾਨ ਵੱਲੋਂ ਬੜਾ ਪਰੇਸ਼ਾਨ ਹਾਂ, ਅਤੇ ਮੈਂ ਉਹਨੂੰ ਬੱਚੇ ਨੂੰ ਤਸੱਲੀ ਦਿੱਤੀ ਹੈ ਕਿ ਮੈਂ ਨਹੀਂ ਉਹਨੂੰ ਦੱਸਿਆ ਕਿ ਉਹਦੀ ਡੈਥ ਹੋ ਗਈ ਹੈ, ਲੇਕਿਨ ਉਹਨੂੰ ਪਤਾ ਚੱਲ ਗਿਆ ਉਸ ਬੱਚੇ ਨੂੰ। ਅਤੇ ਮੈਂ ਉਹਨੂੰ ਤਸੱਲੀ ਦਿੱਤੀ, ਸਾਰਿਆਂ ਨੇ ਕਿਹਾ ਸੀ ਕਿ ਉਹਦੀ ਵੀ ਜਾਨ ਖਤਰੇ 'ਚ ਅਤੇ ਤੁਸੀਂ ਬਾਜੀ ਉਹਨੂੰ ਬੱਚੇ ਨੂੰ ਤਸੱਲੀ ਦੇਣੀ ਕਿ ਉਹਦੀ ਜ਼ਿੰਦਗੀ, ਚਲੋ ਉਹਦੀ ਤਾਂ ਜਾਨ ਚਲੀ ਗਈ, ਇਹਨੂੰ ਜ਼ਿੰਦਗੀ ਅੱਲਾਹ ਤਾਲਾ ਦੇਵੇ। ਅਤੇ ਅਸੀਂ ਨਹੀਂ ਚਾਹੁੰਦੇ ਕਿ ਦੇਖੋ ਬੱਚੇ ਨੂੰ ਠੀਕ ਹੈ ਉਹਨੂੰ ਲੱਗੀ ਹੈ, ਉਹਦੀ ਖੁਦਾ ਵੱਲੋਂ ਵਧੀ ਸੀ ਉਹ ਬਚ ਗਿਆ, ਇਹ ਇਹਦੀ ਡੈਥ ਹੋ ਗਈ ਹੈ, ਲੇਕਿਨ ਮੈਨੂੰ ਮੇਰਾ ਇਨਸਾਫ ਚਾਹੀਦਾ। ਭਾਵੇਂ ਮੇਰਾ ਭਤੀਜਾ, ਮੇਰਾ ਭਤੀਜਾ ਖਤਮ ਉਸ ਦਿਨ ਹੋ ਗਿਆ ਜਿਸ ਦਿਨ ਉਹਨੇ ਮੇਰਾ ਬੇਟਾ ਮਾਰ ਦਿੱਤਾ, ਮੈਨੂੰ ਮੇਰਾ ਇਨਸਾਫ ਚਾਹੀਦਾ। ਮੇਰੇ ਬੇਟੇ ਨੂੰ ਮਾਰਿਆ ਸੀ, ਉਹਨੂੰ ਵੀ ਸਜ਼ਾ ਹੋਣੀ ਚਾਹੀਦੀ, ਉਹਨੂੰ ਵੀ ਸਜ਼ਾਏ ਮੌਤ ਹੋਵੇ। ਬਹੁਤ ਅੱਛਾ ਸੀ, ਬੋਲਦਾ ਹੀ ਨਹੀਂ ਸੀ, ਆਉਣਾ ਖਾਣਾ ਮਸਲਨ ਦੇਣਾ, ਪਾਣੀ ਖੁਦ ਹੀ ਪੀ ਲੈਂਦਾ ਸੀ ਕਦੀ ਅਸੀਂ ਹੋਣਾ ਕੋਲ ਦੇਣਾ, ਅਤੇ ਨਹੀਂ ਕਦੀ ਉਹਨੇ ਲੜਾਈ ਕੀਤੀ, ਨਹੀਂ ਝਗੜਾ, ਨਹੀਂ ਉੱਚੀ ਬੋਲਣਾ, ਮੋਬਾਈਲ 'ਚ ਹੀ ਲੱਗਾ ਰਹਿੰਦਾ ਸੀ ਜ਼ਿਆਦਾ, ਇੰਨਾ ਨਹੀਂ ਸੀ, ਗੇਮਾਂ ਗੁੰਮਾਂ ਖੇਡਦਾ ਰਹਿੰਦਾ ਸੀ, ਕਦੀ ਉੱਚੀ ਬੋਲਿਆ ਵੀ ਨਹੀਂ ਸੀ, ਬਸ ਇਸ ਤਰ੍ਹਾਂ ਹੀ ਸੀ। ਮੇਰਾ ਵੀ ਦਿਲ ਲਗਾਈ ਰੱਖਣਾ ਕਿ ਮਾਮਾ ਪਰੇਸ਼ਾਨ ਹੁੰਦੀ ਹੈ, ਮੇਰੀ ਬੜੀ ਫਿਕਰ ਕਰਦਾ ਸੀ ਕਿ ਮੇਰੀ ਮਾਮਾ ਬਿਮਾਰ ਹੋ ਗਈ, ਅਤੇ ਮੈਂ ਨਹੀਂ ਬਰਦਾਸ਼ਤ ਕਰਦਾ ਸੀ ਕਿ ਮੈਨੂੰ ਕੁਛ ਹੁੰਦਾ ਸੀ, ਛੇੜਦਾ ਰਹਿਣਾ ਹਰ ਵਕਤ, ਬਸ ਇਹ ਸੀ। ਜਿਸ ਦਿਨ ਗਿਆ ਮੇਰੇ ਉਸ ਦਿਨ ਮੈਂ ਉਹਨੂੰ ਦੇਖਿਆ ਤੱਕ ਨਹੀਂ, ਉਹਦੀ ਸ਼ਕਲ ਵੀ ਨਹੀਂ ਦੇਖੀ, ਦੂਸਰੇ ਦਿਨ ਦੇਖੀ ਜਿੱਦਾਂ ਉਹਦੀ ਡੈਥ ਆਈ, ਬੋਡੀ ਆਈ, ਦੂਸਰੇ ਦਿਨ ਦੇਖਿਆ। ਬਸ ਮੈਨੂੰ ਮੇਰਾ ਬੇਟਾ ਇਨਸਾਫ ਚਾਹੀਦਾ, ਮੇਰੇ ਬੇਟੇ ਦੀ ਜਾਨ ਚਲੀ ਗਈ ਹੈ, ਮੈਨੂੰ ਉਹਦੀ ਵੀ ਜਾਨ ਚਲੀ ਜਾਏ ਮੈਨੂੰ ਕੋਈ ਦੁੱਖ ਨਹੀਂ, ਕਿਉਂਕਿ ਮੈਂ ਗਲਤ ਨਹੀਂ, ਕਿਉਂਕਿ ਉਹਨੇ ਮੇਰੇ ਬੇਟੇ ਦੀ ਜਾਨ ਲਈ ਹੈ, ਉਹਨੂੰ ਵੀ ਸਜ਼ਾਏ ਮੌਤ ਹੋਣੀ ਚਾਹੀਦੀ। ਨਹੀਂ ਜੀ, ਪੁਲਿਸ ਦਾ ਤਾਂ ਕੋਈ ਪਤਾ ਪਤਾ ਹੀ ਨਹੀਂ, ਨਾ ਕੋਈ ਮੈਨੂੰ ਕਿਸੇ ਚੀਜ਼ ਦਾ ਨਹੀਂ ਜ਼ਿਆਦਾ ਪਤਾ, ਅਤੇ ਲੇਕਿਨ ਅਸੀਂ ਉਸ ਦਿਨ ਆਪਣੀ ਇਸ ਉਲਝਣ 'ਚ ਹੀ ਉਲਝੇ ਹਾਂ, ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਕੀ ਹੋ ਰਿਹਾ ਬਾਹਰ, ਕੀ ਨਹੀਂ ਹੋ ਰਿਹਾ, ਬਸ ਮੇਰੇ ਬੇਟੇ ਨੂੰ ਇਨਸਾਫ ਚਾਹੀਦਾ। ਨਹੀਂ ਇਹ ਵੀ ਨਹੀਂ ਮੈਨੂੰ ਪਤਾ ਫੜੇ ਗਏ ਨੇ ਕਿ ਨਹੀਂ, ਮੈਂ ਦੱਸ ਰਹੀ ਹਾਂ ਨਾ ਤੁਹਾਨੂੰ ਕਿ ਮੈਨੂੰ ਨਹੀਂ ਪਤਾ ਕਿ ਬਾਹਰ ਕੀ ਹੋ ਰਿਹਾ। ਅਤੇ ਮੇਰਾ ਤਾਂ ਬੇਟਾ ਕਹਿੰਦਾ ਸੀ ਕਿ ਮੈਂ ਮਤਲਬ ਰਿਸ਼ਤੇ ਦਾ ਮੇਰੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ ਹੈਗਾ, ਮੇਰੀ ਕਜ਼ਨ ਹੈ, ਖਾਲਾ ਦੀ ਬੇਟੀ ਹੈ, ਮੈਂ ਮੇਰਾ ਉਹਦੇ ਨਾਲ ਮੈਂ ਕਰਨ ਨਾ, ਘਰ ਵਾਲੇ ਕਰਨ ਮਸਲਨ ਰਾਜ਼ੀ ਨੇ ਅਤੇ ਮੈਂ ਨਹੀਂ ਕਰਨਾ ਰਿਸ਼ਤਾ, ਜਿੱਥੇ ਮੇਰਾ ਮਾਂ ਪਿਓ ਕਰੇਗਾ ਜਦੋਂ ਮੇਰਾ ਵਕਤ ਆਏਗਾ ਮੈਂ ਉਦੋਂ ਕਰਾਉਣਾ। ਅਤੇ ਉਸ ਮੇਰੇ ਭਤੀਜੇ ਨੇ ਵੀ ਕਿਹਾ ਉਹਨੇ ਕਿ ਮੇਰਾ ਕੋਈ ਲੈਣ ਦੇਣ ਨਹੀਂ ਹੈਗਾ, ਤੇਰਾ ਰਿਸ਼ਤਾ ਹੁੰਦਾ ਤਾਂ ਉਹਦੇ ਨਾਲ ਹੋ ਜਾਏ, ਮੈਨੂੰ ਕੋਈ ਇਤਰਾਜ਼ ਨਹੀਂ। ਉਹ ਅਸੀਂ ਬੇਟੀ ਦੀ ਸ਼ਾਦੀ ਕਰਕੇ ਉਹ ਛੋਟਾ ਸੀ, ਅਸੀਂ ਉਹਦੀ ਬਾਅਦ 'ਚ ਕਰਨੀ ਸੀ, ਉਹ ਨਾ ਇਹਨਾਂ ਲੜਕੀਆਂ ਦੇ ਉਲਝਣਾਂ 'ਚ ਫਸਦਾ ਹੀ ਸੀ।
ਉਹ ਆਪਣੇ ਦੋਸਤਾਂ ਨਾਲ ਖੁਸ਼ ਰਹਿੰਦਾ ਸੀ ਅਤੇ ਦੋਸਤ ਵੀ ਉਹਦੇ ਬਹੁਤ ਅੱਛੇ ਨੇ। ਦੇਖੋ ਇੰਨਾ ਸਾਰਾ ਜਿਹੜਾ ਹੋਇਆ ਮਸਲਾ ਸਾਡੇ ਨਾਲ ਬੱਚੇ ਬਿਲਕੁਲ ਹਰ ਜਗ੍ਹਾ 'ਤੇ ਸਾਡੇ ਨਾਲ ਸਾਥ ਦਿੱਤਾ ਉਹਨਾਂ ਬੱਚਿਆਂ ਨੇ। ਰਾਤ ਨੂੰ ਮਿਲੇ ਨੇ ਉਹਨਾਂ ਨੇ ਕਿਹਾ ਕਿ ਆਂਟੀ ਜੀ ਤੁਸੀਂ ਨਿਮਾਨ ਚਲਾ ਗਿਆ, ਤੁਸੀਂ ਸਾਨੂੰ ਜਦੋਂ ਆਵਾਜ਼ ਦੇਵੋ ਨਿਮਾਨ ਸਮਝ ਕੇ ਤੁਹਾਡਾ ਨਿਮਾਨ ਦੁਨੀਆ ਤੋਂ ਨਹੀਂ ਗਿਆ, ਅਸੀਂ ਤੁਹਾਡੇ ਨਾਲ ਹਾਂ। ਲੇਕਿਨ ਨਹੀਂ, ਨਿਮਾਨ ਦੀ ਜਗ੍ਹਾ 'ਤੇ ਕੋਈ ਵੀ ਨਹੀਂ ਪੂਰੀ ਕਰ ਸਕਦਾ, ਲੱਖ ਉਹਦੇ ਦੋਸਤ ਨੇ ਲੇਕਿਨ ਮੇਰੇ ਬੇਟੇ ਦੀ ਤਾਂ ਜਗ੍ਹਾ ਕੋਈ ਨਹੀਂ ਪੂਰੀ ਕਰ ਸਕਦਾ। ਜਦੋਂ ਦੇਖੋ ਉਹਨੇ ਘਰ ਆਉਂਦਾ ਸੀ, ਉਹਨੇ ਸਾਰੇ ਮਹਿਮਾਨ ਚਲੇ ਜਾਣੇ ਨੇ, ਮੈਨੂੰ ਕਿੰਨਾ ਉਸ ਬੱਚੇ ਦੀ ਯਾਦ ਆਉਣੀ, ਹਰ ਚੀਜ਼ ਦੇਖ ਕੇ ਆਉਣੀ, ਹਰ ਵਕਤ ਉਹਦੀ ਮੈਨੂੰ ਯਾਦ ਆਉਣੀ, ਮੈਂ ਭੁੱਲ ਨਹੀਂ ਸਕਦੀ। ਲੇਕਿਨ ਮੈਨੂੰ ਮੇਰਾ ਇਨਸਾਫ ਚਾਹੀਦਾ। ਮਕਤੂਲ ਨੁਮਾਨ ਕੀ ਬਹਿਨ ਕਾ ਕਹਿਣਾ ਥਾ ਕਿ ਖੁਰਮ ਜੋ ਕਿ ਉਸਕੇ ਮਾਮੂ ਕਾ ਬੇਟਾ ਹੈ, ਵੋ ਬਾਰ ਬਾਰ ਨੁਮਾਨ ਕੋ ਮਿਲਨੇ ਕਾ ਕਹਿਤਾ ਰਹਾ ਔਰ ਗੁਜ਼ਿਸ਼ਤਾ 3-4 ਮਾਹ ਸੇ ਨੁਮਾਨ ਮਸਰੂਫੀਅਤ ਕਾ ਬਹਾਨਾ ਬਣਾ ਕਰ ਖੁਰਮ ਸੇ ਨਹੀਂ ਮਿਲਤਾ। ਲੇਕਿਨ ਆਖਿਰਕਾਰ ਵੋ ਖੁਰਮ ਕੇ ਬੁਲਾਨੇ ਪਰ ਉਸਕੋ ਮਿਲਨੇ ਜਾ ਪਹੁੰਚਾ। ਮੇਰਾ ਨਾਮ ਅਮਰੀਨ ਹੈ, ਮੇਰਾ ਛੋਟਾ ਭਾਈ ਨੁਮਾਨ, ਵੋ 3 ਮਾਹ ਸੇ ਇਸਕੇ ਪੀਛੇ ਪੜਾ ਹੁਆ ਥਾ ਔਰ ਯੇ ਉਸ ਟਾਈਮ ਨਹੀਂ ਦੇ ਪਾ ਰਹਾ ਤੋ ਕਿਉਂਕਿ ਵੋ ਕਾਮ ਮੇਂ ਬੜਾ ਬਿਜ਼ੀ ਥਾ, ਤੋ ਉਸਕੋ ਬਾਰ ਬਾਰ ਕਭੀ ਕੁਛ ਕਹਿ ਕੇ ਬੁਲਾਤਾ ਥਾ ਲੇਕਿਨ ਵੋ ਨਹੀਂ ਜਾਤਾ ਥਾ। ਮਕਤੂਲ ਨੁਮਾਨ ਕੀ ਬਹਿਨ ਕਾ ਯੇ ਵੀ ਕਹਿਣਾ ਥਾ ਕਿ ਖੁਰਮ ਨੇ ਆਪਣੇ ਹੀ ਘਰ ਮੇਂ ਨੁਮਾਨ ਕੋ ਮਾਰਨੇ ਕੀ ਮੁਤਅੱਦਿਦ ਬਾਰ ਬਾਤ ਕੀ, ਲੇਕਿਨ ਖੁਰਮ ਕੇ ਵਾਲਦੈਨ ਨੇ ਨੁਮਾਨ ਕੇ ਵਾਲਦੈਨ ਕੋ ਕੁਛ ਨਾ ਬਤਾਇਆ। ਹਮਨੇ ਉਸਸੇ ਬਾਤ ਕੀ ਕਿ ਜੋ ਦਿਲ ਮੇਂ ਬਾਤ ਹੈ ਹਮੇਂ ਬਤਾਓ, ਵੋ ਨਹੀਂ ਉਸਨੇ ਕਭੀ ਬਤਾਈ, ਇਸਨੇ ਉਸਕੋ ਬਹਾਨੇ ਸੇ ਬੁਲਾਇਆ, ਇਸਨੇ ਉਸਕੋ ਬੜੀ ਦਫ਼ਾ ਐਸਾ ਕੀਆ, ਉਸ ਪੇ ਬਨ ਵੀ ਲਿੰਗਾ ਐਸਾ ਕੇਸ ਵੀ ਬਨਵਾ ਕੇ ਉਸਕੋ ਲੈਨੇ ਜਾਤਾ ਥਾ, ਆਪਣੇ ਘਰ ਮੇਂ ਬੁਲਾਤਾ ਥਾ, ਸਾਰਾ ਕੁਛ ਉਸਨੇ ਕਰਨਾ ਥਾ ਔਰ ਘਰ ਵਾਲੋਂ ਕਿਸ ਨੇ ਸਬਸੇ ਪਹਿਲੇ ਬਤਾਇਆ ਹੁਆ ਥਾ ਕਿ ਮੈਨੇ ਉਸਕੋ ਪਹਿਲੇ ਮਾਰ ਦੇਣਾ, ਉਹਨੇ ਹਮੇਂ ਕੁਛ ਨਹੀਂ ਬਤਾਇਆ। ਨੁਮਾਨ ਔਰ ਖੁਰਮ ਕੀ ਪਹਿਲੇ ਵੀ ਟਸਲ ਚੱਲ ਰਹੀ ਥੀ ਔਰ ਉਸਕੀ ਬਹਿਨ ਕਾ ਕਹਿਣਾ ਥਾ ਕਿ ਨੁਮਾਨ ਨੇ ਸਾਫ਼ ਔਰ ਵਾਜ਼ੇ ਲਫ਼ਜ਼ੋਂ ਮੇਂ ਖੁਰਮ ਕੋ ਯੇ ਬਤਾ ਦਿਆ ਹੈ ਕਿ ਵੋ ਲੜਕੀ ਕੇ ਸਾਥ ਸ਼ਾਦੀ ਕਰਨੇ ਪਰ ਰਜ਼ਾਮੰਦ ਨਹੀਂ ਔਰ ਖੁਰਮ ਉਸ ਲੜਕੀ ਕੇ ਘਰ ਰਿਸ਼ਤਾ ਭੇਜ ਕਰ ਆਪਣੀ ਬਾਤ ਪੱਕੀ ਕਰ ਸਕਤਾ ਹੈ। ਉਸਨੇ ਜਬ ਬੁਲਾਇਆ ਤਬ ਮੇਰੇ ਸਾਥ ਇਤਨਾ ਮਜ਼ਾਕ ਕਰਕੇ ਗਿਆ, ਮੇਰੇ ਸਾਥ ਬੋਲ ਕੇ ਗਿਆ ਕਿ ਮੁਝੇ ਬਾਈ ਸਟੀਫਨ ਕਾ ਬਤਾ, ਮੈਨੇ ਕਾ ਪੁਰਸ਼ ਕਾ ਪੁਰਸ਼ ਕੇ ਪੇ ਹੋਗਾ, ਵੋ ਠੀਕ ਨਹੀਂ ਹੁਆ, ਵੋ ਆਪਣੇ ਇੱਕ ਦੋਸਤ ਕੋ ਲੈ ਕੇ ਔਰ ਬਾਈਕ ਪੇ ਚਲਾ ਗਿਆ, ਬਾਈਕ ਪੇ ਗਿਆ, ਵੋ ਉਸਕੋ ਲੈ ਕੇ ਗਿਆ, ਘਰ ਬਿਠਾਇਆ, ਪਾਣੀ ਪਿਲਾਇਆ ਔਰ ਉਸਨੇ ਪੁੱਛਿਆ, ਉਸਨੇ ਬਤਾਇਆ ਵੀ ਹੈ ਕਿ ਮੇਰਾ ਉਸਕੇ ਸਾਥ ਕੋਈ ਚੱਕਰ ਨਹੀਂ ਹੈ, ਮੈਂ ਉਸਕੋ ਪਸੰਦ ਵੀ ਨਹੀਂ ਕਰਦਾ, ਮੇਰਾ ਐਸਾ ਕੋਈ ਨਹੀਂ ਹੈ, ਤੂੰਨੇ ਕਰਨਾ ਹੈ ਤੂੰ ਕਰ ਲੇ, ਉਸਨੇ ਕਭੀ ਕਿਸੇ ਕੋ ਕੁਛ ਨਹੀਂ ਬਤਾਇਆ ਕਿ ਮੈਨੇ ਉਸਕੇ ਸਾਥ ਕਰਨਾ ਹੈ, ਮੇਰਾ ਰਿਸ਼ਤਾ ਕਰ ਦਿਉ, ਉਸਨੇ ਕਭੀ ਕੁਛ ਨਹੀਂ ਕਿਸੇ ਕੋ ਬਤਾਇਆ, ਉਸਨੇ ਐਸੀ ਬਾਤ ਕੀ ਹੈ, ਉਸਨੇ ਕੁਛ ਨਹੀਂ ਕਹਾ, ਅਗਰ ਉਸਕੀ ਸ਼ਾਹ ਰਗ ਪੇ ਗੋਲੀ ਮਾਰ ਦੀ ਹੈ ਔਰ ਉਸਕੋ ਦੇਖਤਾ ਹੀ ਵੋ ਰਹਿ ਗਿਆ। ਐਸਾ ਥਾ ਹੀ ਨਹੀਂ, ਵੋ ਸਿਰਫ ਆਪਣੇ ਮਾਰ ਬਹਿਣ ਭਾਈਓ ਕੇ ਸਾਥ ਮਜ਼ਾਕ ਕਰਤਾ ਥਾ ਔਰ ਕਿਸੀ ਕੇ ਸਾਥ ਜ਼ਿਆਦਾ ਨਹੀਂ ਥਾ ਕਰਤਾ, ਕੋਈ ਕਰ ਵੀ ਦੇਤਾ ਥਾ ਚੁੱਪ ਕਰਕੇ ਉਸਕੀ ਬਾਤ ਬਰਦਾਸ਼ਤ ਕਰਤਾ ਥਾ, ਕਿਸੀ ਕੋ ਉਸਨੇ ਜਵਾਬ ਨਹੀਂ ਦੇਣਾ, ਉਸਕੇ ਸਾਥ ਬੜੀ ਬੇਇਨਸਾਫ਼ੀ ਹੋਈ ਹੈ, ਉਸਕੋ ਬੜੀ ਬੇਰਹਿਮੀ ਸੇ ਮਾਰਾ, ਮੈਂ ਵੀ ਚਾਹਤੀ ਹੂੰ ਕਿ ਉਸਕਾ ਵੀ ਐਸੇ ਕਤਲ ਹੋ ਕੇ ਵੋ ਮੌਤ ਮਾਂਗੇ ਔਰ ਉਸਕੋ ਮੌਤ ਨਾ ਮਿਲੇ। ਅਗਰ ਕਮ ਉਮਰ ਬੱਚੋਂ ਕੋ ਬੁਰੀ ਸੋਹਬਤ ਸੇ ਦੂਰ ਨਾ ਰੱਖਾ ਗਿਆ ਯਾ ਗੁੱਸੇ ਪਰ ਕਾਬੂ ਰੱਖਣਾ ਨਾ ਸਿਖਾਇਆ ਗਿਆ ਯਾ ਫਿਰ ਉਨਕੀ ਗਲਤੀਓ ਪਰ ਉਨ੍ਹੇ ਨਾ ਡਾਂਟਾ ਗਿਆ ਤੋ ਆਨੇ ਵਾਲੇ ਵਕਤ ਮੇਂ ਨਾ ਸਿਰਫ ਵੋ ਜੁਰਮ ਕਰੇਂਗੇ ਬਲਕਿ ਸੰਗੀਨ ਜਰਾਇਮ ਕੇ ਮੁਰਤਕਬ ਵੀ ਹੋ ਸਕਤੇ ਹੈਂ।